ਦੋਸਤੋ ਜਦੋਂ ਅਨਾਜ ਮੰਡੀ ਵਿੱਚ ਜਾਂਦੇ ਹਾਂ ਤਾਂ ਉੱਥੇ ਆਪਾਂ ਆੜ੍ਹਤੀਆਂ ਨੂੰ ਮਿਲਦੇ ਹਾਂ ਜਿਸ ਦੇ ਕੋਲ ਪਰਮਿਟ ਹੁੰਦਾ ਹੈ ਅਨਾਜ ਨੂੰ ਖਰੀਦਣ ਦਾ ਅਤੇ ਵੇਚਣ ਦਾ। ਇਹ ਉਹ ਲਾਇਸੈਂਸ ਦੀ ਗੱਲ ਕਰਾਂਗੇ ਦੋਸਤੋ, ਪੂਰੀ ਡਿਟੇਲ ਤੁਹਾਨੂੰ ਵੀਡੀਓ 'ਚ ਦੇਵਾਂਗੇ। ਤੁਸੀਂ ਘਰ ਬੈਠੇ ਆਪਣੇ ਮੋਬਾਈਲ 'ਤੇ ਆੜ੍ਹਤੀਆਂ ਦਾ ਲਾਇਸੈਂਸ ਕਿਵੇਂ ਅਪਲਾਈ ਕਰ ਸਕਦੇ ਹੋ ਅਤੇ ਕਿਹੜੇ ਕਿਹੜੇ ਡਾਕੂਮੈਂਟ ਦੀ ਆਪਾਂ ਨੂੰ ਜ਼ਰੂਰਤ ਹੈ। ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਲਓ। ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। करना की है, सब तो पहले तो अपने मोबाइल के क्रोम ब्राउजर में जाना है। उत्थे अपन उपर थ्री डॉट दिख जाएंगे, उत्थे अपना क्लिक करके अपना डैस्कटॉप वर्जन से टिक मार लगा के उसको ऑन कर लेवेंगे। तो आप गूगल में सर्च करेंगे अनाज खरीद डॉट इन, सर्च करने तो बाद इन्हों की यह वैबसाइट अपने सामने ओपन हो जाएगी। इस तो बाद करना कुछ नहीं है, इतने आड़तिया रजिस्ट्रेशन का ऑप्शन अपन मिल जाएगा, इससे आप क्लिक कर लेंगे। ये क्लिक करने तो बाद हम आप इतने मोबाइल नंबर अपना फिल करना होगा, जिस तो बाद अपने को एक ओटीपी आएगा अपने मोबाइल पर। ओटीपी फिल करने तो बाद इस तरह का पेज अपने सामने ओपन हो जाता है। तो इतने आप सब तो पहले डिस्ट्रिक्ट सिलेक्ट कर लेंगे, जब आप इतने क्लिक करेंगे तो पूरे अपने पंजाब की जिनी भी डिस्ट्रिक्ट है उसकी लिस्ट आपको शो हो जाएगी और जी भी थोड़ी डिस्ट्रिक्ट लगती है वो आप क्लिक कर लेंगे। इस तो बाद उस डिस्ट्रिक्ट की मार्केट कमेटी सारी भी लिस्ट शो हो जाएगी, जी भी ਤੁਹਾਨੂੰ ਲੱਗਦੀ ਹੈ ਉਸ 'ਤੇ ਆਪਾਂ ਕਲਿੱਕ ਕਰ ਲਵਾਂਗੇ। ਇਸ ਤੋਂ ਬਾਅਦ ਆਪਾਂ ਫਰਮ ਦਾ ਨਾਮ ਲਿਖ ਲਵਾਂਗੇ। ਦੋਸਤੋ ਇਹ ਫਰਮ ਦਾ ਨਾਮ ਥੋੜ੍ਹਾ ਯੂਨੀਕ ਹੋਣਾ ਚਾਹੀਦਾ, ਮਤਲਬ ਕਿਸੇ ਹੋਰ ਫਰਮ ਨਾਲ ਮੈਚਿੰਗ ਨਹੀਂ ਹੋਣਾ ਚਾਹੀਦਾ। ਇੱਥੇ ਆਪਣਾ ਆਪਾਂ ਲਾਇਸੈਂਸ ਨੰਬਰ, ਜਿਹੜੇ ਵੀ ਆਪਾਂ ਸ਼ੋਪ ਕਰਦੇ ਹਾਂ ਉਸਦਾ ਇੱਕ ਲਾਇਸੈਂਸ ਹੁੰਦਾ, ਉਹ ਨੰਬਰ ਆਪਾਂ ਇੱਥੇ ਫਿਲ ਕਰ ਲਵਾਂਗੇ। PIN ਨੰਬਰ ਭਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈ ਅਤੇ ਪੈਨ ਨੰਬਰ, ਉਸ ਤੋਂ ਬਾਅਦ ਆਪਾਂ ਪੈਨ ਨੰਬਰ ਦਾ ਜਿਹੜਾ ਵੀ ਆਪਣਾ ਨੰਬਰ ਹੁੰਦਾ ਇੱਥੇ ਫਿਲ ਕਰ ਦਵਾਂਗੇ ਅਤੇ ਆਪਣੀ ਸ਼ੋਪ ਦਾ ਨੰਬਰ, ਕਿੰਨੇ ਨੰਬਰ ਸ਼ੋਪ ਹੈ, ਈਮੇਲ ਐਡਰੈਸ ਅਤੇ ਆਪਾਂ ਇੱਥੇ ਕੈਟੇਗਰੀ 'ਤੇ ਆਪਾਂ ਫਰਮ 'ਤੇ ਸਿਲੈਕਟ ਕਰ ਲਵਾਂਗੇ। ਇਸ ਤੋਂ ਬਾਅਦ ਲਾਇਸੈਂਸ ਦੀ ਵੈਲਿਡਿਟੀ ਕਿੰਨੇ ਟਾਈਮ ਦੀ ਚਾਹੀਦੀ ਹੈ ਉਹ ਆਪਾਂ ਚੂਜ਼ ਕਰ ਲਵਾਂਗੇ ਅਤੇ ਮੋਬਾਈਲ ਨੰਬਰ ਤਾਂ ਆਲਰੇਡੀ ਭਰਿਆ ਹੁੰਦਾ ਇਸ ਵਿੱਚ। ਇਸ ਤੋਂ ਬਾਅਦ ਆਪਣੀ ਜਿਹੜਾ ਪਾਸਬੁੱਕ ਚੈੱਕ ਹੁੰਦਾ, ਜਿਹੜਾ ਕੈਂਸਲ ਚੈੱਕ ਦੀ ਆਪਾਂ ਫੋਟੋ ਖਿੱਚ ਕੇ ਉਰੇ ਅਪਲੋਡ ਕਰ ਦਾਂਗੇ ਅਤੇ ਪੈਨ ਕਾਰਡ ਦੀ ਆਪਾਂ ਫੋਟੋ ਕਾਪੀ ਅਪਲੋਡ ਕਰ ਦਾਂਗੇ ਅਤੇ ਲਾਇਸੈਂਸ ਕਾਪੀ ਦੀ ਫੋਟੋ ਕਾਪੀ ਅਪਲੋਡ ਕਰ ਦਾਂਗੇ। ਅਤੇ ਇਸ ਤੋਂ ਬਾਅਦ ਜਦੋਂ ਆਪਾਂ ਨੀਚੇ ਸਕਰੋਲ ਕਰਾਂਗੇ ਤਾਂ ਇੱਥੇ ਆਪਾਂ ਨੂੰ ਬੈਂਕ ਦੀ ਇਨਫੋਰਮੇਸ਼ਨ ਦੇਣੀ ਹੁੰਦੀ ਹੈ, ਜਿਹੜੀ ਵੀ ਬੈਂਕ ਵਿੱਚ ਤੁਹਾਡਾ ਅਕਾਊਂਟ ਹੈ ਉਸਨੂੰ ਆਪਾਂ ਸਿਲੈਕਟ ਕਰ ਲਾਂਗੇ ਇੱਥੋਂ। ਇਸ ਤੋਂ ਬਾਅਦ ਉੱਥੇ ਬੈਂਕ ਦੀ ਜਿਹੜੀ ਕਾਪੀ ਹੁੰਦੀ ਹੈ ਉਸ ਉੱਪਰ IFSC ਕੋਡ ਹੁੰਦਾ ਉਹ ਆਪਾਂ ਫਿਲ ਕਰ ਲਾਂਗੇ ਅਤੇ ਅਕਾਊਂਟ ਹੋਲਡਰ ਦਾ ਨੇਮ ਜਿਹਦੇ ਵੀ ਨਾਮ 'ਤੇ ਅਕਾਊਂਟ ਬਣਿਆ ਹੋਇਆ ਹੈ ਅਤੇ ਅਕਾਊਂਟ ਨੰਬਰ EFMS ID ਹੁੰਦੀ ਹੈ ਇੱਕ ਉਸਦਾ ਨੰਬਰ ਅਤੇ ਐਂਡਰ ਕੋਡ। ਉਸ ਤੋਂ ਬਾਅਦ ਆਪਾਂ ਇੱਥੇ ਨੇਮ ਸਿਲੈਕਟ ਕਰਾਂਗੇ ਅਤੇ ਇਸ ਤੋਂ ਬਾਅਦ ਡੇਟ ਆਫ ਬਰਥ ਅਤੇ ਮੋਬਾਈਲ ਨੰਬਰ ਅਤੇ ਪੈਨ ਨੰਬਰ ਆਪਣਾ ਅਤੇ ਆਧਾਰ ਨੰਬਰ ਕਰਕੇ ਆਪਾਂ ਸਬਮਿਟ ਕਰ ਦਾਂਗੇ। ਅਤੇ ਸਬਮਿਟ ਹੋਣ ਤੋਂ ਬਾਅਦ ਦੋਸਤੋ ਹਫ਼ਤੇ ਦੇ ਅੰਦਰ ਅੰਦਰ ਤੁਹਾਡੇ ਕੋਲ ਇੱਕ ਨੋਟੀਫਿਕੇਸ਼ਨ ਆਵੇਗਾ ਅਤੇ ਜਿਹੜੀ ਰਜਿਸਟ੍ਰੇਸ਼ਨ ID ਤੁਹਾਡੇ ਕੋਲ ਮਿਲ ਜਾਵੇਗੀ ਜਿਹੜੀ ਕਿ ਆਪਾਂ ਸੰਭਾਲ ਕੇ ਰੱਖਣੀ ਹੈ। ਅਤੇ ਰਜਿਸਟ੍ਰੇਸ਼ਨ ਅਤੇ ਪਾਸਵਰਡ ਬਣਨ ਤੋਂ ਬਾਅਦ ਤੁਹਾਨੂੰ ਮਿਲ ਜਾਣ ਤੋਂ ਬਾਅਦ ਤੁਸੀਂ ਇੱਥੇ ਟਰੈਕ ਐਪਲੀਕੇਸ਼ਨ ਕਰ ਸਕਦੇ ਹੋ, ਮਤਲਬ ਕਿ ਜਿਹੜਾ ਵੀ ਤੁਸੀਂ ਐਪਲੀਕੇਸ਼ਨ ਅਪਲੋਡ ਕੀਤੀ ਹੈ ਅਪਲਾਈ ਕੀਤਾ ਹੈ ਉਸਨੂੰ ਟਰੈਕ ਕਰ ਸਕਦੇ ਹੋ, ਉਹਦਾ ਔਨਲਾਈਨ ਸਟੇਟਸ ਦੇਖ ਸਕਦੇ ਹੋ ਕਿ ਇਹ ਬਣੀ ਹੈ ਨਹੀਂ। ਇਸ ਦਾ ਲਿੰਕ ਤੁਹਾਨੂੰ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਦੇ ਦੂੰਗਾ। ਹਾਂ ਦੋਸਤੋ, ਅਗਰ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।